ਜਿਹੜੇ ਮੇਰੇ ਜਿਹੇ ਲੋਕ ਨੇ ਹਨਾ ਥਰਡ ਜੈਂਡਰਸ, ਪਲੀਜ਼ ਉਹਨਾਂ ਨਾਲ ਭੇਦਭਾਵ ਨਾ ਕੀਤਾ ਜਾਵੇ। ਉਹ ਰੱਬ ਆ, ਦੇਖੋ ਪਰਮਾਤਮਾ ਗੋਡ ਹੈ, ਕਿਸੇ ਕਿਸੇ ਨੂੰ ਕਿੰਨੀਆਂ ਸੋਹਣੀਆਂ ਸ਼ਕਲਾਂ ਦਿੰਦਾ ਪਰਮਾਤਮਾ ਹਨਾ, ਪਰ ਉਹਨਾਂ ਕੋਲ ਅਕਲ ਨਹੀਂ ਸੋਹਣੀ ਹੁੰਦੀ। ਕਿਸੇ ਕਿਸੇ ਨੂੰ ਪਰਮਾਤਮਾ ਇੰਨੀ ਸੋਹਣੀ ਅਕਲ ਦਿੰਦਾ ਹੈ ਨਾ, ਉਹਨਾਂ ਕੋਲ ਸ਼ਕਲ ਨਹੀਂ ਹੁੰਦੀ ਸੋਹਣੀ। ਇਹ ਤਾਂ ਗੋਡ ਦੇ ਹੱਥ ਆ, ਨੇਚਰ ਦੇ ਹੱਥ ਹੈ। ਪਰਮਾਤਮਾ ਐਡਾ ਕੁ ਸਰਵ ਸ਼ਕਤੀਮਾਨ ਆ, ਉਹ ਇੱਕ ਮੁੰਡਾ ਬਣਾ ਕੇ ਅੰਦਰ ਇੱਕ ਰੂਹ ਕੁੜੀ ਫਿੱਟ ਕਰ ਸਕਦਾ, ਅਤੇ ਐਡਾ ਕੁ ਸਰਵ ਸ਼ਕਤੀਮਾਨ ਆ, ਇੱਕ ਕੁੜੀ ਰੂਹ ਕੁੜੀ ਬਣਾ ਕੇ ਅੰਦਰ ਇੱਕ ਮੁੰਡਾ ਰੂਹ ਫਿੱਟ ਕਰ ਸਕਦਾ। ਪਲੀਜ਼ ਇਹ ਰੱਬ ਦੇ ਬਣਾਏ ਹੋਏ ਨਿਯਮ ਨੇ, ਇਸ ਨੂੰ ਐਕਸੈਪਟ ਕਰੋ, ਇਹਨੂੰ ਮੰਨੋ। ਦੇਖੋ ਜੀ, ਸਮਾਜ ਤਾਂ ਅੱਜ ਵੀ ਮੈਨੂੰ ਬੜੀ ਭੈੜੀ ਜਿਹੀ ਨਜ਼ਰ ਨਾਲ ਦੇਖਦਾ। ਦੇਖੋ ਮੈਂ ਇੱਕ ਪੱਗ ਬੰਨੀ ਹਾਂ ਨਾ, ਮੇਲਸ ਕੱਪੜੇ ਪਾਏ ਨੇ, ਪਰਸ ਮੈਂ ਫੀਮੇਲ ਚੱਕਿਆ ਹੁੰਦਾ। ਦੇਖੋ ਮੈਂ ਤਾਂ ਹੁਣ ਸੋਚਿਆ ਨਾ ਕਿ ਬਸ ਮੈਂ ਇੱਕ ਆਪਣੀ ਲਾਈਫ ਆਉਣ ਵਾਲੇ ਕੁਛ ਟਾਈਮ ਤੱਕ ਮੈਂ ਆਪਣੀ ਫੀਮੇਲ ਗੈਟਅਪ 'ਚ ਹੀ ਲਾਈਫ ਆਪਣੀ ਜਿਉਂਦੀ ਹਾਂ। ਵੀ ਪਰਮਾਤਮਾ ਨੇ ਮੈਨੂੰ ਐਵੇਂ ਕਿਉਂ ਬਣਾਇਆ ਯਾਰ? ਮੇਰੇ ਇੱਕ ਮੁੰਡਾ ਜਾਂ ਕੁੜੀ ਹੋਣ ਨਾਲ ਕੋਈ ਫਰਕ ਨਹੀਂ ਪੈਣਾ, ਪਰ ਮੇਰੇ ਇੱਕ ਚੰਗੇ ਇਨਸਾਨ ਹੋਣ ਨਾਲ ਬੜਾ ਫਰਕ ਪੈਣਾ। ਜੇ ਪਰਮਾਤਮਾ ਇੱਕ ਮੁੰਡਾ ਬਣਾਉਂਦਾ, ਪਰਮਾਤਮਾ ਇੱਕ ਕੁੜੀ ਬਣਾਉਂਦਾ, ਪਰਮਾਤਮਾ ਇੱਕ ਮਿਕਸ ਵੀ ਬਣਾਉਂਦਾ, ਮੈਂ ਤਾਂ ਇਹ ਸੋਚਦਾ ਵੀ ਸਰਕਾਰ ਨੂੰ ਇੱਕ ਐਸਾ ਨਿਯਮ ਪਾਸ ਕਰਨਾ ਚਾਹੀਦਾ ਜਦੋਂ ਪਤਾ ਲੱਗ ਗਿਆ ਨਾ ਵੀ ਇੱਕ ਥਰਡ ਹੈ, ਇੱਕ ਅਦਰ ਜੈਂਡਰ ਹੈ, ਇਹਦੀਆਂ ਹਰਕਤਾਂ ਸੁਧਰਦੀਆਂ ਨਾਲ ਦੀਆਂ ਨੂੰ ਕਰਵਾ ਦਿਓ। ਪੰਜਾਬ 24 ਆਵਰਸ ਚੈਨਲ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੇਰਾ ਨਾਮ ਜਸਲੀਨ ਜਸਦੇਵ ਜੱਜ ਹੈ ਜੀ, ਸਾਰੇ ਪਰ ਮੈਨੂੰ ਹੁਣ ਇਸ ਜਸਲੀਨ ਨਾਮ ਨਾਲ ਜਾਣਦੇ ਨੇ। ਮੈਂ ਇੱਕ ਥਰਡ ਜੈਂਡਰ। ਦੇਖੋ ਮੇਰਾ ਬਚਪਨ ਸ਼ੁਰੂ ਹੋਇਆ ਸੀ ਜੀ, ਜਦੋਂ ਮੈਂ ਛੋਟਾ ਜਿਹਾ ਸੀ ਤਾਂ ਮੇਰੇ ਇੱਕ ਮੇਲ ਦੇ ਰੂਪ 'ਚ ਜਨਮ ਹੋਇਆ। ਮੈਨੂੰ ਮੇਰੀ ਫੈਮਿਲੀ ਨੂੰ ਵੀ ਲੱਗਦਾ ਸੀ ਕਿ ਸਾਡਾ ਜਿਹੜਾ ਬੱਚਾ ਉਹ ਇੱਕ ਮੇਲ ਆ, ਇੱਕ ਮੁੰਡਾ ਹੈ ਨਾ। ਪਰ ਜਿਉਂ ਜਿਉਂ ਮੈਂ ਵੱਡਾ ਹੋਇਆ ਜਾਂ ਹੋਈ ਕਹਿ ਲਓ ਵੱਡੀ ਹੋਈ, ਤਿਉਂ ਤਿਉਂ ਮੇਰੀਆਂ ਜਿਹੜੀਆਂ ਹਰਕਤਾਂ ਸੀਗੀਆਂ ਉਹ ਇੱਕ ਫੀਮੇਲ ਦੀ ਤਰ੍ਹਾਂ ਸੀਗੀਆਂ, ਕੁੜੀਆਂ ਦੀ ਤਰ੍ਹਾਂ ਰਹਿਣਾ, ਘਰ ਵਿੱਚ ਖਾਣਾ ਬਣਾਉਣਾ, ਘਰ ਦੇ ਹੋਰ ਕੰਮ ਕਰਨੇ, ਝਾੜੂ ਪੋਚਾ ਕਰਨਾ, ਕੱਪੜੇ ਧੋਣੇ, ਇਹ ਕੰਮਾਂ ਦਾ ਮੈਨੂੰ ਬੜਾ ਸ਼ੌਕ ਸੀ। ਜੇ ਖੇਡਣ ਦੀ ਗੱਲ ਕਰੀ ਜਾਵੇ ਤਾਂ ਮੈਨੂੰ ਜ਼ਿਆਦਾਤਰ ਆਨੰਦ ਕੁੜੀਆਂ 'ਚ ਬੈਠ ਕੇ ਖੇਡਣ ਦਾ ਹੁੰਦਾ ਸੀ, ਜਿਵੇਂ ਕੁੜੀਆਂ ਮੁੰਡੇ ਖੇਡਣੇ, ਜੋ ਗਰਲਜ਼ ਨੂੰ ਗੇਮਸ ਪਸੰਦ ਹੁੰਦੀਆਂ ਨੇ ਜਿਹੜੀਆਂ, ਜਿਵੇਂ ਕੁੜੀਆਂ ਘਰ ਘਰ ਖੇਡਦੀਆਂ ਨੇ ਹੈ ਨਾ, ਬਸ ਐਵੇਂ ਦੀਆਂ ਗੇਮਾਂ, ਕੁੜੀਆਂ ਹੀ ਐਵੇਂ ਰੋਟੀ ਪਾਣੀ ਜਾਂ ਬਣਾਈ ਜਾਣਾ, ਛੋਟੇ ਛੋਟੇ ਕੰਮ ਜੇ ਕਰੀ ਜਾਣੇ, ਖੇਡਦੇ ਨਹੀਂ ਹੁੰਦੇ ਤੇ ਉਵੇਂ ਖੇਡਣਾ ਬੜਾ ਵਧੀਆ ਲੱਗਦਾ ਸੀ। ਅਤੇ ਜ਼ਿੰਦਗੀ ਉੱਥੋਂ ਹੀ ਸ਼ੁਰੂ ਹੋਈ ਜੀ। ਸਕੂਲ ਲਾਈਫ ਜਦੋਂ ਮੈਂ ਜਾਣਾ ਸ਼ੁਰੂ ਕੀਤਾ ਤਾਂ ਵੈਸੇ ਤਾਂ ਮੈਨੂੰ ਲੋਕਾਂ ਦਾ ਨਜ਼ਰੀਆ ਪਸੰਦ ਨਹੀਂ ਸੀ, ਕਿਉਂਕਿ ਲੋਕਾਂ ਨੇ ਬੜੀ ਮੈਨੂੰ ਗੌਰ ਨਾਲ ਦੇਖਣਾ ਅਤੇ ਮੇਰੇ ਸੁਭਾਅ ਨੂੰ ਮੈਨੂੰ, ਅਤੇ ਬਾਅਦ 'ਚ ਲੋਕਾਂ ਨੂੰ ਪਤਾ ਲੱਗਣਾ ਯਾਰ ਕਿ ਇਹ ਪਿਆਰ ਕਿੰਨਾ ਇਹਦੇ 'ਚ ਹੈ ਨਾ, ਬਾਅਦ 'ਚ ਪਤਾ ਲੱਗਣਾ। ਪਰ ਲੋਕਾਂ ਦਾ ਮੈਨੂੰ ਰਵੱਈਆ ਨਾ ਵਧੀਆ ਲੱਗਣਾ, ਕਿਉਂਕਿ ਵਿੱਚ ਬਹੁਤੇ ਜ਼ਿਆਦਾ ਲੋਕ ਉਹ ਸੀ ਜਿਹੜੇ ਮੈਨੂੰ ਇਹੀ ਗੱਲ ਰਹਿੰਦੇ ਸੀ, ਤੂੰ ਕੁੜੀਆਂ ਵਰਗਾ, ਤੂੰ ਕੁੜੀ ਆ, ਤੂੰ ਬਿਲਕੁਲ ਕੁੜੀ ਹੋ ਲੱਗਦੀ ਆ ਯਾਰ, ਐਵੇਂ ਮਤਲਬ ਕਿ ਮੈਨੂੰ ਬੜਾ ਟੋਰਚਰ ਹੋਣਾ ਪੈਂਦਾ ਸੀ। ਉਹ ਤੋਂ ਬਾਅਦ ਫਿਰ ਮੈਂ ਕਾਲਜ ਜੁਆਇਨ ਕੀਤਾ। ਕਾਲਜ ਲਾਈਫ ਬੜੀ ਵਧੀਆ ਰਹੀ, ਸਭ ਤੋਂ ਜ਼ਿਆਦਾ ਮੇਰੀ ਲਾਈਫ ਦਾ ਇੰਜੋਏ ਕਾਲਜ ਲਾਈਫ ਹੀ ਰਿਹਾ, ਜਿਹਦੇ ਵਿੱਚ ਮੈਂ ਡਿਪਲੋਮਾ ਕੀਤਾ। ਅਤੇ ਕਾਲਜ 'ਚ ਤਾਂ ਮੈਨੂੰ ਜੱਜ ਕਹਿੰਦੇ ਸੀ ਸਾਰੇ, ਪਰ ਮੁੰਡੇ ਮੈਨੂੰ ਜੱਜਣੀ ਕਹਿੰਦੇ ਸੀ ਪਿਆਰ ਨਾਲ, ਪਰ ਮੈਨੂੰ ਜੱਜਣੀ ਨਾਮ ਬੜਾ ਪਸੰਦ ਸੀ ਯਾਰ। ਜਦੋਂ ਮੈਨੂੰ ਜੱਜਣੀ ਸ਼ਬਦ ਨਾਲ ਗੱਲ ਕਰਨਾ, ਮੈਨੂੰ ਬੜਾ ਵਧੀਆ ਲੱਗਣਾ, ਜੱਜਣੀ ਜਸਲੀਨ ਕਹਿ ਕੇ ਉਹਨਾਂ ਨੇ ਮੇਰੇ ਨਾਲ ਗੱਲ ਕਰਨੀ, ਅਤੇ ਮੈਨੂੰ ਬੜਾ ਵਧੀਆ ਲੱਗਣਾ। ਮੈਨੂੰ ਗਾਣੇ ਗਾਉਣ ਦਾ, ਨੱਚਣ ਦਾ ਬੜਾ ਸ਼ੌਂਕ ਚੜਿਆ ਰਹਿੰਦਾ ਚੌਵੀ ਘੰਟੇ। ਅਤੇ ਥੋੜ੍ਹਾ ਜਿਹਾ ਟਿਪ ਮੈਂ ਤੁਹਾਨੂੰ ਸੁਣਾ ਰਿਹਾ। ਕੱਚੀ ਕੇਲੇ ਨੇ ਝੋਟੇ ਦੇ ਸਿਰ ਵਰਗੀ, ਮੈਂ ਨਹੀਂ ਗੱਲਾਂ ਨਾਲ ਹੋਣਾ ਇੰਪ੍ਰੈਸ ਵੀ, ਸੁਣ ਲੈ ਤੂੰ ਕਿਸੇ ਚੰਗੇ ਜਿਹੇ ਬੁਟੀਕ ਤੋਂ, ਪੈਂਦੀ ਲੱਖ ਲੱਖ ਵਿੱਚ ਆ ਡਰੈਸ ਵੇ, ਦੱਸ ਇਹ ਡਰੈਸ ਨਹੀਂ ਮੈਂ ਗੇੜਾ ਮਾਰ ਜਾਂ, ਸਾਡੀ ਥਾਣੇ ਨਾਲ ਲੱਗਦੀ ਆ ਗਲੀ ਮੁੰਡਿਆ, ਹੱਥ ਨਾ ਤੂੰ ਪਾਲੀ ਵੇ ਮੈਂ ਕੱਚ ਵਰਗੀ, ਕੱਚਿਆਂ ਦੁੱਧਾਂ ਦੇ ਨਾਲ ਪਲੀ ਮੁੰਡਿਆ, ਹੱਥ ਨਾ ਤੂੰ ਪਾਲੀ ਵੇ ਮੈਂ ਕੱਚ ਵਰਗੀ, ਕੱਚਿਆਂ ਦੁੱਧਾਂ ਦੇ ਨਾਲ ਪਲੀ ਮੁੰਡਿਆ। ਇਹ ਗੱਲ ਤਾਂ ਮੈਂ 4 ਸਾਲ ਪਹਿਲਾਂ ਨੋਟ ਕਰੀ ਹੈ ਨਾ, ਜਦੋਂ ਮੈਂ ਦੇਖਿਆ ਕਿ ਯਾਰ ਨਾ ਮੈਂ ਇੱਕ ਮੇਲ ਗੈਟਅਪ 'ਚ ਖੁਸ਼ ਨਹੀਂ ਹਾਂ, ਤਾਂ ਸਭ ਤੋਂ ਪਹਿਲਾਂ ਮੈਂ ਇੱਕ ਸਾਈਕੈਟ੍ਰਿਕਸ ਟ੍ਰੀਟਮੈਂਟ ਲਿਆ ਜੀ 4-5 ਸਾਲ, ਜਿਹਦੇ 'ਚ ਮੈਂ ਡਾਕਟਰ ਨੂੰ ਇਹ ਰਿਕੁਐਸਟ ਕੀਤੀ ਕਿ ਮੈਨੂੰ ਮੁੰਡਾ ਬਣਾ ਦਿੱਤਾ ਜਾਵੇ, ਜੋ ਮੇਰੇ ਅੰਦਰ ਫੀਮੇਲਸ ਗੁਣ ਨੇ, ਫੀਮੇਲ ਹਾਰਮੋਨਸ ਨੇ, ਉਹਨਾਂ ਨੂੰ ਖਤਮ ਕਰ ਦਿਉ। ਪਰ ਡਾਕਟਰ ਨੇ ਇਹ ਗੱਲ ਸਾਫ਼ ਮਨਾ ਕਰ ਦਿੱਤੀ ਕਿ ਇਹ ਨੈਚੁਰਲੀ ਹੈ, ਜਿਵੇਂ ਤੁਹਾਨੂੰ ਪਰਮਾਤਮਾ ਨੇ ਬਣਾਤਾ ਤੁਸੀਂ ਉਵੇਂ ਹੀ ਸਾਰੀ ਜ਼ਿੰਦਗੀ ਬਤੀਤ ਕਰਨੀ ਆ, ਇਹਦੇ ਵਿੱਚ ਤੁਹਾਡੀ ਕੋਈ ਗਲਤੀ ਨਹੀਂ, ਨਾ ਹੀ ਤੁਹਾਡੇ ਪੇਰੈਂਟਸ ਦੀ ਕੋਈ ਗਲਤੀ ਆ। ਤਾਂ ਫਿਰ ਮੈਂ ਇਸ ਗੱਲ ਨੂੰ ਹੌਲੀ 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 ਐਕਸੈਪਟ ਕਰਨਾ ਸ਼ੁਰੂ ਕੀਤਾ, ਅਤੇ ਹੌਲੀ ਹੌਲੀ ਮੈਂ ਗੁਰਦੁਆਰਾ ਸਾਹਿਬ ਆਉਣਾ ਸ਼ੁਰੂ ਕੀਤਾ, ਤਾਂ ਸਭ ਲੋਕਾਂ ਨੇ ਮੈਨੂੰ ਬੜਾ ਪਿਆਰ ਕਰਦੇ ਸੀ, ਜਿਹੜੇ ਮੈਨੂੰ ਬੜਾ ਪਿਆਰ ਕਰਦੇ ਸੀ ਉਹਨਾਂ ਨੇ ਐਕਸੈਪਟ ਕਰਨਾ ਸ਼ੁਰੂ ਕੀਤਾ। ਤਾਂ ਮੈਂ ਹੌਲੀ ਹੌਲੀ ਫਿਰ ਸੋਚਿਆ ਯਾਰ ਨਹੀਂ, ਮੈਨੂੰ ਤਾਂ ਇੱਕ ਫੀਮੇਲ ਬਣ ਕੇ ਹੀ ਜ਼ਿੰਦਗੀ ਨੂੰ ਜਿਉਣਾ ਚਾਹੀਦਾ ਹੈ। ਦੇਖੋ ਜੀ, ਸਮਾਜ ਤਾਂ ਅੱਜ ਵੀ ਮੈਨੂੰ ਬੜੀ ਭੈੜੀ ਜਿਹੀ ਨਜ਼ਰ ਨਾਲ ਦੇਖਦਾ। ਦੇਖੋ ਮੈਂ ਇੱਕ ਪੱਗ ਬੰਨੀ ਹਾਂ ਨਾ, ਮੇਲਸ ਕੱਪੜੇ ਪਾਏ ਨੇ, ਪਰਸ ਮੈਂ ਫੀਮੇਲ ਚੱਕਿਆ ਹੁੰਦਾ ਹੈ, ਜਾਂ ਮੇਰੇ ਫੋਨ ਜਿਹੜਾ ਹੱਥ 'ਚ ਫੜਿਆ ਹੋਊਗਾ ਉਹਦਾ ਜਿਹੜਾ ਕਵਰ ਹੈ ਉਹ ਫੀਮੇਲ ਪਾਇਆ ਹੋਇਆ, ਤਾਂ ਅਗਲੇ ਨੇ ਸੋਚਣਾ ਯਾਰ ਮੇਲ ਦਾ ਫੀਮੇਲ ਨਾਲ ਕੀ ਕੰਬੀਨੇਸ਼ਨਸ। ਤਾਂ ਇਸ ਗੱਲ ਨੂੰ ਸਮਾਜ ਐਕਸੈਪਟ ਨਹੀਂ ਕਰ ਰਿਹਾ, ਤਾਂ ਇਸੇ ਕਰਕੇ ਮੈਂ ਸੋਚਿਆ ਕਿ ਨਹੀਂ ਯਾਰ
ਮੈਂ ਲਾਈਫ ਨੂੰ ਇੱਕ ਵੱਖਰੇ ਢੰਗ ਨਾਲ ਜਿਉਣਾ ਹੈ। ਦੇਖੋ ਜ਼ਿਆਦਾਤਰ ਵੈਸੇ ਤਾਂ ਮੇਰਾ ਪਟਿਆਲੇ 'ਚ ਹੋਮ ਕੇਅਰ ਦਾ ਕੰਮ ਹੈ, ਹੈ ਨਾ, ਅਤੇ ਘਰ ਜਾ ਕੇ ਬਜ਼ੁਰਗਾਂ ਨੂੰ ਸੰਭਾਲਣਾ, ਕਿਉਂਕਿ ਮੈਂ ਆਪਣੇ 'ਚ ਇਹ ਗੱਲ ਖੁਦ ਨੋਟ ਕੀਤੀ, ਮੈਂ ਮਾਣ ਨਹੀਂ ਕੀਤਾ ਇਸ ਗੱਲ ਦਾ ਕਿ ਪਰਮਾਤਮਾ ਵੱਲੋਂ ਮੇਰੇ 'ਚ ਬੜੀ ਸਿੰਪਤੀ ਦਇਆ, ਅਤੇ ਪਰਮਾਤਮਾ ਨੇ ਮੈਨੂੰ ਗੋਡ ਗਿਫਟਡ ਇੰਨੀ ਕੁੱਟ ਕੁੱਟ ਕੇ ਭਰੀ ਆ ਕਿ ਯਾਰ ਹਮਦਰਦੀ ਦਾ ਮੈਂ ਕਹਿੰਦਾ ਬਸ ਮੇਰੇ ਕੋਲ ਕੋਈ ਸ਼ਬਦ ਨਹੀਂ ਮੇਰੇ ਆਪਣੇ ਪ੍ਰਤੀ। ਆਪਣੇ ਮੂੰਹੀ ਮੈਂ ਮੀਹਾਂ ਮਿੱਠ ਨਹੀਂ ਬਣਨਾ ਚਾਹੁੰਦਾ, ਪਰ ਮੇਰੇ ਅੰਦਰ ਬੜਾ ਪਿਆਰ ਹੈ ਲੋਕਾਂ ਲੈ ਕੇ, ਲੋਕਾਂ ਨੂੰ ਲੈ ਕੇ ਜਾਂ ਜਾਨਵਰਾਂ ਨੂੰ ਲੈ ਕੇ ਜਾਂ ਕਿਸੇ ਨੂੰ ਵੀ ਲੈ ਕੇ, ਤਾਂ ਮੈਂ ਜ਼ਿਆਦਾਤਰ ਟਾਈਮ ਆਪਣਾ ਗੁਰਦੁਆਰਾ ਸਾਹਿਬ ਸਪੈਂਡ ਕਰਨਾ, ਉੱਥੇ ਦੇ ਜਿਹੜੇ ਮਤਲਬ ਸੰਗਤ ਹੈ ਉਹਨਾਂ ਨਾਲ ਮੇਰਾ ਬੜਾ ਪਿਆਰ ਹੈ, ਉਹ ਮੈਨੂੰ ਬੜਾ ਦੇਖ ਕੇ ਖੁਸ਼ ਹੁੰਦੇ ਨੇ, ਅਤੇ ਮੈਂ ਤਾਂ ਉਹਨਾਂ ਲੋਕਾਂ ਨੂੰ ਹੀ ਪਸੰਦ ਕਰਦੀ ਹਾਂ ਜਿਹੜੇ ਲੋਕ ਮੈਨੂੰ ਪਸੰਦ ਕਰਦੇ ਨੇ, ਜਿਹੜੇ ਲੋਕ ਮੈਨੂੰ ਵੇਖਣਾ ਚਾਹੁੰਦੇ ਨੇ ਮੈਂ ਉਹਨਾਂ ਨੂੰ ਹੀ ਆਪਣੀਆਂ ਫੋਟੋਆਂ ਵਿਖਾਉਣਾ ਚਾਹੁੰਦੀ ਹਾਂ, ਉਹ ਗੱਲ ਹੈ ਨਾ ਜੀ। ਤਾਂ ਇਸ ਕਰਕੇ ਮੈਂ ਜ਼ਿਆਦਾਤਰ ਟਾਈਮ ਤਾਂ ਮੇਰਾ ਗੁਰਦੁਆਰਾ ਸਾਹਿਬ 'ਚ ਹੀ ਲੰਘਦਾ ਹੈ, ਅਤੇ ਗੁਰਦੁਆਰਾ ਸਾਹਿਬ ਤਾਂ ਕਾਫੀ ਮਤਲਬ ਮੇਰੇ ਨਾਲ ਬਹੁਤ ਜ਼ਿਆਦਾ ਪਿਆਰ ਕਰਦੇ ਨੇ, ਚਾਹੇ ਉਹ ਸੇਵਾ 'ਚ ਲਾ ਲਓ ਜਾਂ ਸੰਗਤ ਰੂਪ 'ਚ ਲਾ ਲਓ, ਜਿੰਨੇ ਵੀ ਮਤਲਬ ਕਿ ਸਾਰੇ ਮੈਨੂੰ ਬਹੁਤ ਪਿਆਰ ਕਰਦੇ। ਦੇਖੋ ਮੈਂ ਤਾਂ ਪਹਿਲਾਂ ਮੈਂ ਸੋਚਿਆ ਸੀ ਨਾ ਕਿ ਮੈਂ ਇੱਕ ਸੋਸ਼ਲ ਵਰਕਰ ਬਣਨਾ ਹੈ, ਪਰ ਤੁਸੀਂ ਦੇਖਿਆ ਵੀ ਸੋਸ਼ਲ ਵਰਕਰਸ ਦੀ ਐਡੀ ਕੋਈ ਲਾਈਫ ਨਹੀਂ ਹੈਗੀ। ਦੇਖੋ ਮਦਰ ਟ੍ਰੇਸਾ ਇੱਕ ਲੇਡੀ ਨੇ ਲਾਈਫ 'ਚ ਆਪਣੀ ਸਾਰੀ ਜ਼ਿੰਦਗੀ ਨਿਗਾਤੀ, ਉਹਨੂੰ ਮਰਨ ਤੋਂ ਬਾਅਦ ਅਵਾਰਡ ਦਿੱਤਾ ਗਿਆ, ਜੋ ਉਹਨੂੰ ਅਵਾਰਡ ਮਦਰ ਆਫ ਟ੍ਰੇਸਾ ਦਾ ਮਿਲਿਆ ਉਹ ਮਰਨ ਤੋਂ ਬਾਅਦ ਮਿਲਿਆ, ਹਾਲਾਂਕਿ ਉਹਨੇ ਸਾਰੀ ਜ਼ਿੰਦਗੀ ਆਪਣੀ ਕੱਢਤੀ ਹੈ ਕੰਮਾਂ 'ਚ। ਭਗਤ ਪੂਰਨ ਸਿੰਘ ਨੇ ਸਾਰੀ ਜ਼ਿੰਦਗੀ ਕੱਢਤੀ ਚੰਗੇ ਕੰਮ ਕਰਨ 'ਚ, ਪਰ ਉਹਨਾਂ ਨੂੰ ਕਦੋਂ ਅਵਾਰਡ ਮਿਲਿਆ? ਬਾਅਦ 'ਚ ਉਹਨਾਂ ਦੇ ਮਰਨ ਤੋਂ ਬਾਅਦ ਹੀ। ਤਾਂ ਮੈਂ ਜ਼ਿੰਦਗੀ 'ਚ ਨੋਟ ਕੀਤਾ ਕਿ ਲੋਕ ਜਿਹੜਾ ਵੀ ਬੰਦਾ ਕੋਈ ਸੋਸ਼ਲ ਵਰਕਰ ਆ ਜਾਂ ਅੱਗੇ ਆਉਂਦਾ ਕਿਸੇ ਦੀ, ਤਾਂ ਲੋਕ ਉਹਨੂੰ ਅੱਗੇ ਨਹੀਂ ਆਉਣ ਦਿੰਦੇ। ਤਾਂ ਬੈਸਟ ਤਰੀਕਾ ਮੈਂ ਅੱਜ ਇਹ ਸਮਝਿਆ ਹੈ ਨਾ ਕਿ ਪਹਿਲਾਂ ਤਾਂ ਮੈਨੂੰ ਇਹ ਲੱਗਦਾ ਕਿ ਮੈਨੂੰ ਯਾਰ ਮੈਂ ਸੇਵਾ ਕਰਨੀ ਹੈ ਬਸ ਲੋਕਾਂ ਦੀ, ਚਾਹੇ ਉਹ ਸਮਾਜ 'ਚ ਰਹਿ ਕੇ ਹੋ ਜਾਏ, ਚਾਹੇ ਹੋਸਪਿਟਲ ਜਾ ਕੇ ਹੋ ਜਾਏ, ਚਾਹੇ ਐਵੇਂ ਮਤਲਬ ਕਿ ਗੁਰਦੁਆਰਾ ਸਾਹਿਬ ਹੋ ਕੇ, ਬਸ ਹਰੇਕ ਨੂੰ ਇੱਕ ਵੱਖਰੇ ਨਜ਼ਰੀਏ ਨਾਲ ਤੱਕਣਾ, ਇੱਕ ਹੈਲਪਿੰਗ ਦੇ ਨਜ਼ਰੀਏ ਨਾਲ। ਤਾਂ ਮੈਂ ਇਸ ਹੁਣ ਮੈਂ ਸੋਚਿਆ ਕਿ ਮੈਂ ਪੋਲੀਟੀਕਲ 'ਚ ਜਾਣਾ ਯਾਰ, ਮੈਂ ਇਹਨਾਂ ਨੂੰ ਸਿੱਧੇ ਕਰਨਾ ਹੈ ਜਿਨ੍ਹਾਂ ਨੇ ਸਾਨੂੰ ਜ਼ਿਆਦਾ ਹੀ ਤੰਗ ਕਰਤਾ, ਇਹਨਾਂ ਲੋਕਾਂ ਨੂੰ ਸਿੱਧੇ ਕਰਨਾ ਹੁਣ ਇਸ ਟਾਈਮ ਤਾਂ, ਕਿਉਂਕਿ ਇਸ ਟਾਈਮ ਸਾਨੂੰ ਇਹ ਚੀਜ਼ ਦੀ ਲੋੜ ਆ ਬਹੁਤ ਜ਼ਿਆਦਾ। ਦੇਖੋ ਜਿਹੜੀ ਹੁਣ ਜਿਹੜੇ ਅੱਜ ਕੱਲ੍ਹ ਦੇਖੋ ਨਸ਼ੇ ਨੂੰ ਲੱਗ ਗਏ ਨਾ, ਮੇਰੀ ਤਾਂ ਰਿਕੁਐਸਟ ਆ ਯਾਰ ਵੀਰੇ, ਮੇਰਾ ਤਾਂ ਬਾਏ ਗੋਡ ਤੁਸੀਂ ਯਕੀਨ ਕਰਕੇ ਮੰਨਿਓ, ਜਦੋਂ ਮੈਂ ਕੋਈ ਐਵੇਂ ਦੇਖਾਂ ਵੀ ਕੋਈ ਗੱਲਬਾਤ ਹੋ ਗਈ, ਕੋਈ ਹੁੰਦਾ ਐਕਸਪਾਇਰ ਹੋ ਜਾਂਦਾ ਹੈ ਨਾ ਕੋਈ ਉਸ ਤੋਂ ਬਾਅਦ, ਹੈ ਨਾ, ਅਤੇ ਉਹ ਤੋਂ ਬਾਅਦ ਮੈਨੂੰ ਬੜਾ ਮੈਂ ਕਹਿੰਦਾ ਜੀ ਮੇਰੇ ਕੋਲ ਕੋਈ ਸ਼ਬਦ ਹੀ ਨਹੀਂ ਹੈਗਾ। ਇਹ ਸਭ ਸਰਕਾਰਾਂ ਦੀ ਮਿਹਰਬਾਨੀ ਕਰਕੇ ਆ ਵੀ ਵੀਰੇ ਬੱਚ ਜੋ, ਪਲੀਜ਼ ਯਾਰ ਮੇਰੀ ਨਿਊ ਜਨਰੇਸ਼ਨ ਨੂੰ ਤਾਂ ਇਹੀ ਮੈਸੇਜ ਆ ਵੀ ਪਲੀਜ਼ ਪੜ੍ਹੋ, ਵਧੀਆ ਪੜ੍ਹੋ, ਅੱਗੇ ਵਧੋ, ਕੁਛ ਕਰਕੇ ਦਿਖਾਓ, ਕੁਛ ਕਰਨ ਦਾ ਟਾਈਮ ਹੈ ਬਸ। ਦੇਖੋ ਮੈਨੂੰ ਤਾਂ ਬਹੁਤ ਰਿਸ਼ਤਿਆਂ ਦੀ ਕਮੀ ਦਾ ਜੀ ਮੈਨੂੰ ਬਹੁਤ ਮਹਿਸੂਸ ਹੋਇਆ, ਮੈਨੂੰ ਤਾਂ ਪਿਆਰ ਹੀ ਨਹੀਂ ਦਿੱਤਾ ਜੀ ਆਪਣਿਆਂ ਨੇ ਕਦੇ, ਮੈਨੂੰ ਤਾਂ ਪਿਆਰ ਹੀ ਬਗਾਨੇ ਲੋਕਾਂ ਨੇ ਦਿੱਤਾ ਹੈ, ਤਾਂ ਮੈਨੂੰ ਬਹੁਤ ਕਮੀ ਹੋਈ। ਕਦੇ ਮੈਂ ਕਿਸੇ ਆਪਣੇ ਫੈਮਿਲੀ ਦੇ ਫੰਕਸ਼ਨ 'ਚ ਜਾ ਕੇ ਨਹੀਂ ਦੇਖਿਆ, ਕਿਉਂਕਿ ਜੇ ਮੈਂ ਇੱਕ ਮੇਲ ਕਟਅਪ 'ਚ ਜਾਣਾ, ਦੇਖੋ ਜੋ ਹੁਣ ਮੇਰੇ ਅੰਦਰ ਹੈ ਉਹਨੂੰ ਮੈਂ ਕਿਵੇਂ ਬਾਹਰ ਕੱਢ ਕੇ ਸੁੱਟਦਾ, ਆਪਣੇ ਤੋਂ ਅਲੱਗ ਕਿਵੇਂ ਕਰ ਦੇਵਾਂ? ਜਿਵੇਂ ਹੁਣ ਜੋ ਮੇਰੇ ਅੰਦਰ ਹੈ ਉਹ ਹੀ ਮੇਰੇ ਬਾਹਰ ਆ, ਜੋ ਮੇਰੇ ਬਾਹਰ ਆ ਮੈਂ ਉਹਨੂੰ ਅੰਦਰ ਨਹੀਂ ਲਿਜਾ ਸਕਦਾ, ਪਰ ਮੈਂ ਕਰਾਂ ਤਾਂ ਕਰਾਂ ਕੀ ਕਰਾਂ? ਤਾਂ ਲੋਕਾਂ ਦਾ ਮੈਨੂੰ ਮੇਰੇ ਆਪਣੇ ਰਿਸ਼ਤੇਦਾਰਾਂ ਦਾ ਬੜੀ ਭੈੜੀ ਜਿਹੀ ਨਿਗਾਹ ਨਾਲ ਦੇਖਣਾ ਵੀ ਯਾਰ ਇਹ ਕੁੜੀਆਂ ਨੂੰ ਕਰਦਾ ਰਹਿੰਦਾ, ਤਾਂ ਮੇਰੇ ਦੇ ਵਿੱਚ ਕੋਈ ਕਸੂਰ ਨਹੀਂ ਸੀ। ਤਾਂ ਇਸ ਲਈ ਮੈਨੂੰ ਬੜੀ ਰਿਸ਼ਤਿਆਂ ਦੀ ਕਮੀ ਆਈ, ਮੈਂ ਬੜਾ ਇਸ ਗੱਲ ਨੂੰ ਲੈ ਕੇ ਸਟ੍ਰੈਸ ਦੀ ਲਾਈਫ ਜਿਹੜੀ ਉਹ ਬੜੀ ਜਿਉਂ ਰਹੀ ਪਹਿਲਾਂ, ਬੜਾ ਮੈਨੂੰ ਔਖਾ ਲੱਗਦਾ ਕਿ ਯਾਰ ਬਣਾ ਮੇਰਾ ਬਣੇ ਤਾਂ ਬਣੇਗੀ, ਮੇਰੀ ਗਲਤੀ ਕਿੱਥੇ ਸੀ ਇਸ ਗੱਲ 'ਚ ਵੀ ਪਰਮਾਤਮਾ ਨੇ ਮੈਨੂੰ ਐਵੇਂ ਕਿਉਂ ਬਣਾਇਆ ਯਾਰ? ਮੇਰੇ ਕੋਲ ਵੀ ਤਾਂ ਚਾਚੇ ਤਾਏ ਭੈਣ ਭਾਈਆਂ ਦੇ ਮੁੰਡੇ ਕੁੜੀਆਂ ਪੈਦਾ ਹੋਏ, ਉਹਨਾਂ ਨੂੰ ਐਵੇਂ ਮਿਕਸ ਦਾ ਬ੍ਰਾਂਡ ਕਿਉਂ ਨਹੀਂ ਬਣਾਉਂਦਾ? ਮੇਰੇ ਨਾਲ ਲਾਈਫ 'ਚ ਕਿਉਂ ਕਰਿਆ ਬਾਬਾ ਜੀ ਨੇ ਐਵੇਂ? ਪਰ ਮੈਂ ਇੰਨਾ ਰੱਬ ਦਾ ਸ਼ੁਕਰ ਕਰਦਾ ਕਿ ਪਰਮਾਤਮਾ ਨੇ ਮੈਨੂੰ ਕਿਸੇ ਗਲਤ ਸੁਸਾਇਟੀ 'ਚ ਨਹੀਂ ਪਾਇਆ, ਮੈਨੂੰ ਹਮੇਸ਼ਾ ਹੀ ਆਪਣੇ ਦਰ ਘਰ ਨਾਲ ਜੋੜਿਆ ਹੋਇਆ। ਦੇਖੋ ਮੇਰੇ ਇੱਕ ਮੁੰਡਾ ਜਾਂ ਕੁੜੀ ਹੋਣ ਨਾਲ ਕੋਈ ਫਰਕ ਨਹੀਂ ਪੈਣਾ, ਪਰ ਮੇਰੇ ਇੱਕ ਚੰਗੇ ਇਨਸਾਨ ਹੋਣ ਨਾਲ ਬੜਾ ਫਰਕ ਪੈਣਾ। ਇਸ ਲਈ ਪਹਿਲਾਂ ਮੇਰਾ ਇੱਕ ਚੰਗਾ ਇਨਸਾਨ ਹੋਣਾ ਬੜਾ ਜ਼ਰੂਰੀ ਹੈ, ਮੇਰਾ ਮੁੰਡਾ ਜਾਂ ਕੁੜੀ ਹੋਣ ਨਾਲ ਤਾਂ ਕੋਈ ਫਰਕ ਹੀ ਨਹੀਂ ਪੈ ਰਿਹਾ ਇਸ ਟਾਈਮ ਕਿਸੇ। ਦੇਖੋ ਮਦਰ ਤਾਂ ਮੇਰੇ ਇਸ ਗੱਲ ਨੂੰ ਲੈ ਕੇ ਐਕਸੈਪਟ ਕਰ ਰਹੇ ਨੇ ਥੋੜ੍ਹਾ ਜਿਹਾ, ਹੈ ਨਾ, ਕਿਉਂਕਿ ਮੈਨੇ ਇਹ ਗੱਲ ਕਹੀ ਕਿ ਜਿਵੇਂ ਮੈਂ ਜਿਉਣਾ ਚਾਹੁੰਦਾ ਜਾਂ ਮੈਂ ਜਿਉਣਾ ਚਾਹੁੰਦੀ ਹਾਂ, ਮੈਨੂੰ ਉਵੇਂ ਜਿਉ, ਨਹੀਂ ਤਾਂ ਮੈਨੂੰ ਮਾਰ ਦਿਓ ਯਾਰ। ਮੈਨੂੰ ਜਿਉਣ ਦਾ ਕੀ ਹੱਕ ਜ਼ਿੰਦਗੀ 'ਚ? ਜਿਹੜੀ ਜ਼ਿੰਦਗੀ ਮੇਰੇ ਅਨੁਸਾਰ ਮੈਨੂੰ ਜਿਉਣ ਹੀ ਨਾ ਦਿੱਤੀ ਜਾਵੇ, ਜੇ ਤਾਂ ਮੈਂ ਇਸ ਜਗ੍ਹਾ 'ਤੇ ਗਲਤ ਹਾਂ ਤਾਂ ਵੀ ਮੈਨੂੰ ਦੱਸਿਆ ਜਾਵੇ ਵੀ ਯਾਰ ਨਹੀਂ ਤੂੰ ਸਹੀ ਨਹੀਂ ਹੈਗਾ, ਪਰ ਇਹ ਮੇਰੀ ਜ਼ਿੰਦਗੀ ਹੈ ਨਾ, ਮੈਨੂੰ ਜਿਉਣ ਦਿੱਤਾ ਜਾਵੇ ਜਿਵੇਂ ਮੈਨੂੰ ਜਿਉਣਾ ਬੈਸਟ ਆ। ਦੇਖੋ ਮੈਂ ਤਾਂ ਹੁਣ ਸੋਚਿਆ ਨਾ ਕਿ ਬਸ ਮੈਂ ਇੱਕ ਆਪਣੀ ਲਾਈਫ ਆਉਣ ਵਾਲੇ ਕੁਛ ਟਾਈਮ ਤੱਕ ਮੈਂ ਆਪਣੀ ਫੀਮੇਲ ਗੈਟਅਪ 'ਚ ਹੀ ਲਾਈਫ ਆਪਣੀ ਜਿਉਂਦੀ ਹਾਂ, ਅਤੇ ਚੰਗੇ ਕਰਮ ਕਰਨੇ ਨੇ, ਲਾਈਫ 'ਚ ਕੁਛ ਬਣ ਕੇ ਦਿਖਾਉਣਾ ਲੋਕਾਂ ਲਈ, ਕੁਛ ਕਰਨਾ ਯਾਰ, ਬਸ ਮੇਰਾ ਮੇਨ ਮਕਸਦ ਇਹ ਆ। ਬਸ ਸੁਨੇਹਾ ਮੇਰਾ ਇਹੀ ਆ ਕਿ ਯਾਰ ਜਿਹੜੇ ਸਮਾਜ 'ਚ ਮੇਰੀ ਕੋਈ ਬੇਨਤੀ ਆ ਸਭ ਲੋਕਾਂ ਨੂੰ ਕਿ ਜਿਹੜੇ ਮੇਰੇ ਜਿਹੇ ਲੋਕ ਨੇ ਨਾ ਥਰਡ ਜੈਂਡਰਸ, ਪਲੀਜ਼ ਉਹਨਾਂ ਨਾਲ ਭੇਦਭਾਵ ਨਾ ਕੀਤਾ ਜਾਵੇ। ਰੱਬ ਆ, ਦੇਖੋ ਪਰਮਾਤਮਾ ਗੋਡ ਹੈ, ਕਿਸੇ ਕਿਸੇ ਨੂੰ ਕਿੰਨੀਆਂ ਸੋਹਣੀਆਂ ਸ਼ਕਲਾਂ ਦਿੰਦਾ ਪਰਮਾਤਮਾ, ਹੈ ਨਾ,
ਪਰ ਉਹਨਾਂ ਕੋਲ ਅਕਲ ਨਹੀਂ ਸੋਹਣੀ ਹੁੰਦੀ। ਕਿਸੇ ਕਿਸੇ ਨੂੰ ਪਰਮਾਤਮਾ ਇੰਨੀ ਸੋਹਣੀ ਅਕਲ ਦਿੰਦਾ ਹੈ ਨਾ, ਉਹਨਾਂ ਕੋਲ ਸ਼ਕਲ ਨਹੀਂ ਹੁੰਦੀ ਸੋਹਣੀ। ਇਹ ਤਾਂ ਗੋਡ ਦੇ ਹੱਥ ਆ, ਨੇਚਰ ਦੇ ਹੱਥ ਹੈ ਨਾ, ਅਤੇ ਪਰਮਾਤਮਾ ਹੀ ਬਣਾਉਂਦਾ ਹੈ। ਜੇ ਪਰਮਾਤਮਾ ਇੱਕ ਮੁੰਡਾ ਬਣਾਉਂਦਾ, ਪਰਮਾਤਮਾ ਇੱਕ ਕੁੜੀ ਬਣਾਉਂਦਾ, ਪਰਮਾਤਮਾ ਇੱਕ ਮਿਕਸ ਵੀ ਬਣਾਉਂਦਾ। ਕਈ ਬੀਬੀਆਂ ਮੁੰਡਿਆਂ ਵਰਗੀਆਂ ਨੇ, ਹੈ ਨਾ, ਵੀਰਾਂ ਵਰਗੀਆਂ ਬੀਬੀਆਂ ਨੇ, ਜਿਹੜੀਆਂ ਕਿ ਇੱਕ ਫੀਮੇਲ ਹੋ ਕੇ ਮੇਲ ਦੀ ਤਰ੍ਹਾਂ ਰਹਿਣਾ ਚਾਹੁੰਦੀਆਂ ਨੇ, ਅਤੇ ਕਈ ਮੁੰਡੇ ਇਹੋ ਜਿਹੇ ਨੇ ਜਿਹੜੇ ਇੱਕ ਫੀਮੇਲ ਦੀ ਤਰ੍ਹਾਂ ਰਹਿਣਾ ਚਾਹੁੰਦੇ ਨੇ, ਹੈ ਨਾ। ਕਈ ਅਦਰਸ ਮੇਰੇ ਵਰਗੇ ਲੋਕ ਨੇ ਵਿਚਾਰੇ, ਜਿਹੜੇ ਤਾਂ ਮੁੰਡਿਆਂ ਵਰਗੇ ਨਾ ਕੁੜੀਆਂ ਵਰਗੇ, ਦੋਨੇ ਹੀ ਮਿਕਸ ਜੀ ਬ੍ਰਾਂਡ ਦੀ ਲਾਈਫ ਜੀ ਜਾਂਦੇ ਨੇ। ਪਲੀਜ਼ ਉਹਨਾਂ ਲੋਕਾਂ ਨਾਲ ਯਾਰ ਭੇਦਭਾਵ ਨਾ ਕੀਤਾ ਜਾਵੇ, ਬਸ ਮੇਰੀ ਰਿਕੁਐਸਟ ਆ। ਉਹਨਾਂ ਨੂੰ ਵੀ ਜਿਉਣ ਦਾ ਹੱਕ ਆ ਯਾਰ, ਉਹਨਾਂ ਨੂੰ ਵੀ ਪਰਮਾਤਮਾ ਨੇ ਜ਼ਿੰਦਗੀ ਦਿੱਤੀ ਆ। ਪਲੀਜ਼ ਰਿਕੁਐਸਟ ਆ ਮੇਰੀ। 50% ਤਾਂ ਹੈਗੇ ਨੇ ਜਿਹੜੇ ਪੜ੍ਹੇ ਲਿਖੇ ਨੇ, ਜਿਹੜੇ ਵੈੱਲ ਐਜੂਕੇਟਡ ਨੇ, ਪਰ ਉਹਨਾਂ ਨੂੰ ਸਰਕਾਰ ਨੇ ਨੌਕਰੀ ਨਹੀਂ ਦਿੱਤੀ, ਤਾਂ ਵਾਪਸ ਉਹਨਾਂ ਨੂੰ ਵਾਪਸ ਉਸ ਸੋਸਾਇਟੀ 'ਚ ਜਾਣਾ ਪਿਆ, ਥਰਡ ਜੈਂਡਰ 'ਚ ਜਾਣਾ ਪਿਆ। ਇਸ ਕਰਕੇ ਹੀ ਜਾਣਾ ਪਿਆ ਕਿਉਂਕਿ ਸਮਾਜ ਉਹਨਾਂ ਨੂੰ ਐਕਸੈਪਟ ਨਹੀਂ ਕਰਦਾ, ਅਤੇ ਦੂਜਾ ਸਰਕਾਰਾਂ ਨੇ ਸਾਡੀ ਕੋਈ ਹੈਲਪ ਨਾ ਕੀਤੀ। ਦੇਖੋ ਜੀ, ਕਦੇ ਸਾਨੂੰ ਕਿਸੇ ਨੇ ਅੱਜ ਤੱਕ ਸਮਾਜ 'ਚ ਜਿਉਣ ਦਾ ਹੱਕ ਹੀ ਜਿਹਾ ਨਹੀਂ ਦਿੱਤਾ ਹੈਗਾ। ਅਸੀਂ ਕਿਵੇਂ ਸਮਾਜ 'ਚ ਜੀਵੀਏ? ਇਹ ਸਮਾਜ ਤਾਂ ਸਾਨੂੰ ਬੜੀ ਭੈੜੀ ਜਿਹੀ ਨਜ਼ਰ ਨਾਲ ਦੇਖਦਾ ਰਹਿੰਦਾ। ਦੇਖੋ ਜੀ, ਇਹਦੇ ਲਈ ਕੀ ਕਰਿਆ ਜਾਵੇ? ਜਦੋਂ ਸੁਪਰੀਮ ਕੋਰਟ ਨੇ ਆਰਡਰ ਦਿੱਤਾ, ਤਾਂ ਇਹ ਸਰਕਾਰਾਂ ਮੰਨਦੀ ਨਹੀਂ, ਇਸ ਗੱਲ ਨੂੰ ਐਕਸੈਪਟ ਨਹੀਂ ਕਰ ਰਹੀਆਂ, ਇਹਨਾਂ ਨੇ ਥਰਡ ਜੈਂਡਰ ਦਾ ਆਪਸ਼ਨ ਨਹੀਂ ਦਿੱਤਾ ਹੈਗਾ। ਤਾਂ ਜੋ ਦੇਖੋ, ਜਿਹੜੇ ਮੇਰੇ ਪਹਿਲਾਂ ਵਾਲੇ ਸਰਟੀਫਿਕੇਟਸ ਨੇ ਉਹ ਮੇਲ 'ਚ ਚੱਲਦੇ ਨੇ, ਜੇ ਮੈਂ ਅੱਜ ਵੀ ਉਹਨਾਂ ਨੂੰ ਫੀਮੇਲ 'ਚ ਚੇਂਜ ਕਰਾਵਾਂ ਜਾਂ ਅਦਰ 'ਚ ਚੇਂਜ ਕਰਾਵਾਂ, ਤਾਂ ਉਹਨਾਂ ਨੂੰ ਬਹੁਤ ਜ਼ਿਆਦਾ ਟਾਈਮ ਚਾਹੀਦਾ ਚੇਂਜ ਕਰਾਉਣ ਲਈ। ਤਾਂ ਇਸ ਲਈ ਅਸੀਂ ਕੀ ਕਰ ਸਕਦੇ ਹਾਂ? ਔਰ ਪੈਸਾ ਬਹੁਤ ਚਾਹੀਦਾ ਦੇਖੋ ਜੀ, ਕਿਉਂਕਿ ਫੋਰਮਸ ਵੀ ਭਰਨੇ ਨੇ, ਹੈ ਨਾ, ਅਤੇ ਦੂਜਾ ਹੁਣ ਚੰਡੀਗੜ੍ਹ ਜਾ ਕੇ ਚੇਂਜ ਕਰਾਉਣੇ ਪੈਣੇ ਨੇ ਆ, ਤਾਂ ਇਸ ਲਈ ਫਾਈਨੈਂਸ਼ਲੀ ਦਿੱਕਤਾਂ ਵੀ ਮੈਨੂੰ ਬੜੀਆਂ ਆ ਰਹੀਆਂ ਨੇ। ਦੇਖੋ, ਪਹਿਲਾਂ ਹੀ ਅਸੀਂ ਗਏ ਸੀ, ਤਾਂ ਹੀ ਤਾਂ 2015 'ਚ ਸਾਨੂੰ ਸੁਪਰੀਮ ਕੋਰਟ ਨੇ ਆਰਡਰ ਦਿੱਤਾ, ਪਰ ਕਰਿਆ ਕੀ ਜਾਵੇ? ਜਿਹੜੀ ਸਾਡੀ ਗਿਣਤੀ ਉਹ ਬੜੀ ਘੱਟ ਹੈ, ਸਾਨੂੰ ਤਾਂ ਦਬਾਇਆ ਜਾ ਰਿਹਾ ਲੋਕਾਂ ਵੱਲੋਂ ਵੀ ਨਹੀਂ ਯਾਰ, ਤੁਸੀਂ ਨਹੀਂ ਕੁਛ ਕਰ ਸਕਦੇ। ਪਰ ਅਸੀਂ ਹੁਣ, ਮੈਂ ਇਹ ਦੱਸਣਾ ਚਾਹੁੰਦਾ ਹਾਂ ਵੀ ਯਾਰ, ਅਸੀਂ ਕੁਛ ਕਰ ਸਕਦੇ ਹਾਂ, ਸਾਨੂੰ ਮੌਕਾ ਦਿਓ, ਸਾਨੂੰ ਇੱਕ ਮੌਕਾ ਦਿਓ, ਅਸੀਂ ਕੁਛ ਕਰਕੇ ਦਿਖਾਉਣਾ ਚਾਹੁੰਦੇ ਹਾਂ। ਜੇ ਮੈਂ MLA ਦੀ ਚੋਣ ਲੜਦੀ ਹਾਂ ਜੀ, ਨੈਕਸਟ ਚੋਣ, ਮੈਂ ਨਾਭਾ, ਮੈਨੂੰ ਹਲਕਾ ਲੱਗਦਾ, ਮੈਂ ਨਾਭੇ ਹਲਕੇ ਤੋਂ MLA ਚੋਣ ਲੜਦੀ ਹਾਂ, ਮੈਨੂੰ ਕੋਈ ਪ੍ਰੋਬਲਮ ਨਹੀਂ, ਮੈਂ ਹਾਰਾਂ ਚਾਹੇ ਜਿੱਤਾਂ, ਪਰ ਮੈਂ ਲੋਕਾਂ ਨੂੰ ਦਿਖਾਉਣਾ। ਮੈਂ ਲੋਕਾਂ ਨੂੰ ਕੋਈ ਬੇਨਤੀ, ਮੇਰੀ ਅੱਜ ਤੋਂ ਅਪੀਲ ਹੈ ਵੀ ਯਾਰ, ਇਹ ਨਾ ਸੋਚਿਓ ਵੀ ਮੈਂ ਤੁਹਾਨੂੰ ਕੋਈ ਪੈਸੇ ਪੂਸੇ ਵੰਡੂ, ਜਾਂ ਮੇਰੇ ਕੋਲ ਜਿਵੇਂ ਇੰਨਾ ਇਹ ਚੋਣ ਸਮੱਗਰੀਆਂ ਵੰਡਦੇ ਨੇ, ਹੈ ਨਾ, ਇੰਨੇ ਬੈਨਰ ਛਪਾਉਂਦੇ ਨੇ, ਪੋਸਟਰ ਲਗਵਾਉਂਦੇ ਨੇ, ਲੱਖਾਂ ਰੁਪਈਆ ਖਰਾਬ ਕਰਦੇ ਨੇ, ਮੇਰੇ ਕੋਲ ਕੋਈ ਪੋਸਟਰ ਨਹੀਂ, ਪੈਸੇ ਹੈਗੇ ਪੋਸਟਰ ਛਪਾਉਣ ਲਈ, ਕੁਛ ਨਹੀਂ ਹੈਗਾ ਮੇਰੇ ਕੋਲ, ਐਵੇਂ ਮੇਰੇ ਤੋਂ ਕੋਈ ਉਹ ਨਹੀਂ, ਮੇਰੇ ਤੋਂ ਐਡਾ ਚੋਣ ਪ੍ਰਚਾਰ ਨਹੀਂ ਹੋਣਾ। ਤੁਹਾਡੀ ਮਰਜ਼ੀ ਹੈ, ਤੁਸੀਂ ਮੈਨੂੰ ਅੱਗੇ ਲਿਆਉਣਾ ਚਾਹੁੰਦੇ ਹੋ ਤਾਂ ਵੀ ਬੈਸਟ ਹੈ, ਨਹੀਂ ਲਿਆਉਣਾ ਚਾਹੁੰਦੇ ਹੋ ਤਾਂ ਵੀ ਬੈਸਟ ਹੈ। ਪਰ ਮੈਂ ਤੁਹਾਨੂੰ 3 ਵਾਅਦੇ ਕਰਨੇ ਨੇ। ਸਭ ਤੋਂ ਮੇਰੇ 3 ਪਹਿਲੇ ਨੇ ਵੀ, ਪਹਿਲਾਂ ਤੁਹਾਨੂੰ ਇੱਕ ਚੰਗੀ ਸਿੱਖਿਆ ਪ੍ਰਣਾਲੀ, ਦੂਜਾ ਚੰਗੀ ਸਿਹਤ ਪ੍ਰਣਾਲੀ, ਅਤੇ ਤੀਜਾ ਤੁਹਾਡੇ ਸਿਸਟਮ ਨੂੰ ਸਹੀ ਕਰਨਾ। ਜਿਵੇਂ ਕਿਤੇ ਤੁਸੀਂ ਚਲੇ ਜਾਓ, ਕਿਤੇ ਹੋਸਪਿਟਲ 'ਚ ਚਲੇ ਜਾਓ, ਕਿਸੇ ਸੁਵਿਧਾ ਕੇਂਦਰ 'ਚ ਚਲੇ ਜਾਓ, ਕਿਸੇ ਵੀ ਮੈਡੀਕਲ ਆਪਣੇ ਸਰਕਾਰੀ ਦਫ਼ਤਰ 'ਚ ਚਲੇ ਜਾਓ, ਤੁਹਾਡਾ ਕੰਮ ਪਹਿਲ ਦੇ ਆਧਾਰ 'ਤੇ ਹੋਊਗਾ, ਅਤੇ ਉਹਨਾਂ ਲੋਕਾਂ ਦਾ ਸਹੀ ਡਿਊਟੀਆਂ 'ਤੇ ਪਹੁੰਚਣਾ ਹੀ ਮੇਰੀ ਪਹਿਲੀ ਡਿਊਟੀ ਹੋਊਗੀ। ਉਹਨਾਂ ਨੂੰ ਸਹੀ ਟਾਈਮ 'ਤੇ ਪਹੁੰਚਾਉਣਾ, ਸਹੀ ਵਰਕਆਊਟ ਦਾ ਕੰਮ ਕਰਾਉਣਾ ਉਹਨਾਂ ਤੋਂ, ਇਹ ਮੇਰੇ ਪਹਿਲੇ ਮੇਨ ਮਕਸਦ ਹੋਣਗੇ। ਮੈਂ ਸਿਰਫ ਇੱਕ ਪਟਿਆਲੇ ਨਾਭਾ ਹਲਕਾ ਤੋਂ ਚੋਣ ਲੜਨੀ ਹੈ, ਸਿਰਫ ਪਹਿਲਾਂ ਮੈਂ ਇੱਕ ਨਾਭੇ ਹਲਕੇ ਨੂੰ ਸੁਧਾਰ ਕੇ ਦਿਖਾਉਣਾ ਹੈ, ਉੱਥੇ ਦੇ ਲੋਕਾਂ ਨੂੰ ਵਧੀਆ ਬਣਾਉਣਾ ਹੈ, ਬਾਕੀ ਤਾਂ ਆਪਣੇ ਆਪ। ਜਦੋਂ ਇੱਕ ਵਾਰ ਕਹਿੰਦੇ ਨਹੀਂ ਹੁੰਦੇ ਵੀ ਰੇਲ ਗੱਡੀ ਜਦੋਂ ਜਿਹੜੀ ਚੱਲ ਪੈਂਦੀ ਹੈ, 20 ਤੇ ਗੱਡੀ ਚੱਲ ਪਈ ਨਾ, ਫਿਰ ਤਾਂ ਡੱਬੇ ਆਪਣੇ ਆਪ ਜੁੜਦੇ ਜਾਂਦੇ ਨੇ, ਫਿਰ ਤਾਂ ਤੁਹਾਡੇ 'ਚੋਂ ਬਹੁਤ ਲੋਕ ਮੇਰੇ ਨਾਲ ਆ ਜਾਣਗੇ। ਮੈਂ ਨਹੀਂ ਕਹਿੰਦਾ ਮੈਂ ਥਰਡ ਜੈਂਡਰਸ ਨੂੰ ਅੱਗੇ ਲੈ ਕੇ ਆਉਣਾ, ਤੁਹਾਡੇ 'ਚੋਂ ਵੀ ਲੈ ਕੇ ਆਉਣੇ ਨੇ ਕਈ। ਇਹ ਮੰਤਰੀਆਂ ਨੇ ਕੁਰਸੀਆਂ 'ਤੇ ਕਬਜ਼ੇ ਕਰ ਲਏ, ਆਪਣੇ ਆਉਣ ਵਾਲੇ ਬੱਚਿਆਂ ਨੂੰ ਬਿਠਾਉਣ ਲੱਗ ਗਏ ਹੁਣ, ਇਹ ਕੀ ਗੱਲ ਬਣੀ ਬਈ? ਸਾਨੂੰ ਵੀ ਤਾਂ ਮੌਕਾ ਦਿਓ ਯਾਰ, ਸਾਡੇ 'ਚੋਂ ਵੀ ਕੋਈ ਚੁਣੋ ਇੱਕ ਨੇਤਾ, ਸਾਨੂੰ ਵੀ ਤਾਂ ਇਹ ਚੀਜ਼ਾਂ ਦੀ ਲੋੜ ਹੈ ਯਾਰ ਇਸ ਟਾਈਮ। ਸਾਡਾ ਵੀ ਤਾਂ ਦਿਲ ਕਰਦਾ, ਅਸੀਂ ਵੀ ਤਾਂ ਇੱਕ ਬਣਾਏ ਹੋਏ ਉਸੇ ਪਰਮਾਤਮਾ ਦੇ ਇਨਸਾਨ ਆ, ਜਿਹਨਾਂ ਨੇ ਤੁਹਾਨੂੰ ਸਾਜਿਆ, ਉਹਨੇ ਸਾਨੂੰ ਸਾਜਿਆ ਯਾਰ, ਸਾਨੂੰ ਵੀ ਤਾਂ ਮੌਕਾ ਦਿਓ, ਅਸੀਂ ਵੀ ਕੁਛ ਕਰਕੇ ਦਿਖਾਈਏ, ਕੀ ਪਤਾ ਹੋ ਸਕਦਾ ਤੁਹਾਡੇ ਤੋਂ ਬੈਸਟ ਕਰਦੀ। ਦੇਖੋ, ਮੇਰੀ ਉਹਨਾਂ ਨੂੰ ਇਹੀ ਬੇਨਤੀ ਆ ਵੀ ਯਾਰ ਪਲੀਜ਼ ਉਹਨਾਂ ਨੂੰ ਜਿਉਣ ਦਿੱਤਾ ਜਾਵੇ। ਪਹਿਲਾਂ ਮੈਨੂੰ ਇਹ ਲੱਗਦਾ ਹੁੰਦਾ ਸੀ 3-4 ਸਾਲ ਪਹਿਲਾਂ ਕਿ ਯਾਰ ਮੈਨੂੰ ਤਾਂ ਮਰਵਾ ਦਿੱਤਾ ਜਾਵੇ, ਮੈਨੂੰ ਤਾਂ ਮਰਵਾ ਦਿਓ। ਮੈਂ ਤਾਂ ਇਹ ਸੋਚਦਾ ਸੀ ਵੀ ਸਰਕਾਰ ਨੂੰ ਇੱਕ ਐਸਾ ਨਿਯਮ ਪਾਸ ਕਰਨਾ ਚਾਹੀਦਾ ਜਦੋਂ ਪਤਾ ਲੱਗ ਗਿਆ ਨਾ ਵੀ ਇੱਕ ਥਰਡ ਹੈ, ਇੱਕ ਅਦਰ ਜੈਂਡਰ ਹੈ, ਇਹਦੀਆਂ ਹਰਕਤਾਂ ਸੁਧਰਦੀਆਂ ਨਾ ਆਉਂਦੀਆਂ ਨੂੰ ਮਰਵਾ ਦਿਓ। ਪਰ ਨਹੀਂ, ਪਰ ਗੁਰਬਾਣੀ 'ਚ ਵੀ ਆਉਂਦਾ ਹੈ, ਪੁਰਖ 'ਤੇ ਜੋ ਨਾਰਾ ਖਵਾਵੇ, ਨਾਰੀ 'ਤੇ ਜੋ ਪੁਰਖ। ਪਰਮਾਤਮਾ ਐਡਾ ਕੁ ਸਰਵ ਸ਼ਕਤੀਮਾਨ ਆ, ਉਹ ਇੱਕ ਮੁੰਡਾ ਬਣਾ ਕੇ ਅੰਦਰ ਇੱਕ ਰੂਹ ਕੁੜੀ ਫਿੱਟ ਕਰ ਸਕਦਾ, ਅਤੇ ਐਡਾ ਕੁ ਸਰਵ ਸ਼ਕਤੀਮਾਨ ਆ, ਇੱਕ ਕੁੜੀ ਰੂਹ ਕੁੜੀ ਬਣਾ ਕੇ ਅੰਦਰ ਇੱਕ ਮੁੰਡਾ ਰੂਹ ਫਿੱਟ ਕਰ ਸਕਦਾ। ਪਲੀਜ਼, ਇਹ ਰੱਬ ਦੇ ਬਣਾਏ ਹੋਏ ਨਿਯਮ ਨੇ, ਇਸ ਨੂੰ ਐਕਸੈਪਟ ਕਰੋ, ਇਹਨੂੰ ਮੰਨੋ। ਅਤੇ ਲਾਸਟ ਵਿੱਚ ਮੈਂ ਪੰਜਾਬ 24 ਆਵਰਸ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ, ਜਿਨ੍ਹਾਂ ਨਾਲ ਮੈਂ ਦਿਲ ਦੀਆਂ ਗੱਲਾਂ ਕਰੀਆਂ। ਤੁਹਾਡਾ ਵੀ ਬਹੁਤ ਧੰਨਵਾਦ, ਤੁਸੀਂ ਕੀਮਤੀ ਸਮਾਂ ਮੇਰੇ ਲਈ ਕੱਢਿਆ ਜੀ ਆਪਣਾ, ਬਹੁਤ ਬਹੁਤ ਧੰਨਵਾਦ। ਖੁਸ਼ ਰਹੋ, ਬਹੁਤ ਸਾਰੀਆਂ ਬਲੈਸਿੰਗਸ ਮੇਰੇ ਵੱਲੋਂ ਤੁਹਾਨੂੰ, ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚਾਹੀਦੀ।